ਸਤਨਾਮ ਸ੍ਰੀ ਵਾਸ਼ ਗੁਰੂ ਸਾਹਿਬ ਜੀਓ ਰਾਗ ਆਸਾ ਮਹੱਲਾ 4 ਸੋ ਪੁਰਖ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਾਰ ਸੱਚੇ ਸਿਰਜਣਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਚੌਥਾ ਇਹ ਵੱਖਰਾ ਪੜਨਾ ਹੈ ਸੋ ਪੁਰਖ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਪ੍ਰਸਾਦ ਪਾਠ ਇਸ ਤਰ੍ਹਾਂ ਹੀ ਬੋਲਣਾ ਹੈ ਜਿਵੇਂ ਪਹਿਲੀਆਂ ਵੀਡੀਓ ਵਿੱਚ ਦੱਸਿਆ ਸੀ ਪੱਪੇ ਦੇ ਪੈਰ ਵਿੱਚ ਰਾਰੀ ਦੀ ਆਵਾਜ਼ ਦੇਣੀ ਹੈ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰਾ ਨਰੰਜਨ ਪਾਠ ਹੈ ਜੱਜੇ ਨੂੰ ਕਸ ਕੇ ਬੋਲਣਾ ਹੈ ਨੰਨੇ ਸਿਹਾਰੀ ਦੀ ਆਵਾਜ਼ ਦੇਣੀ ਹੈ ਨਰੰਜਨ ਇੱਥੇ ਜਮਕ ਹੈ ਹਰ ਪੁਰਖ ਨਰੰਜਨ ਇੱਥੇ ਵਿਸਰਾਮ ਹੈ। ਅਗਮਾ ਪਾਠ ਇਸੇ ਤਰ੍ਹਾਂ ਹੀ ਬੋਲਣਾ ਹੈ। ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਭੱਬੇ ਦੀ ਆਵਾਜ਼ ਦੇ ਕੇ ਬੋਲਣਾ ਹੈ ਧਿਆਵਹਿ ਇੱਥੇ ਜਮਕ ਹੈ। ਤੁਧ ਪਾਠ ਕਸ ਕੇ ਬੋਲਣਾ ਹੈ ਜੀ ਦੇਵ ਤੇ ਵਿਸਰਾਮ ਹੈ। ਹੁਣ ਇਸ ਸ਼ਬਦ ਦੇ ਵਿੱਚ ਜਿੱਥੇ ਵੀ ਜੀ ਆਵੇਗਾ ਇੱਥੇ ਹੀ ਵਿਸਰਾਮ ਲੱਗਣਗੇ ਹਰ ਸੱਚੇ ਸਿਰਜਣਹਾਰਾ ਸਸੇ ਦੇ ਸਿਹਾਰੀ ਹੈ ਸਿਰਜਣਹਾਰਾ ਅਣਾਣੇ ਦੇ ਨਾਲ ਪਾਠ ਹੈ ਸਭ ਜੀਅ ਤੇਮਾਰੇ ਜੀ ਤੂੰ ਜੀਆ ਕਾ ਦਾਤਾ ਰ ਜੀਅ ਜੱਜੇ ਬਿਹਾਰੀ ਐੜਾ ਮਕਤਾ ਹੈ ਇਸ ਪਾਠ ਨੂੰ ਇਸ ਤਰ੍ਹਾਂ ਬੋਲਣਾ ਹੈ ਜੀਅ ਤੁਮਾਰੇ ਪਾਠ ਬੋਲਾ ਹੈ ਜੱਜੇ ਬਿਹਾਰੀ ਦੀ ਆਵਾਜ਼ ਦੇਣੀ ਹੈ ਜੀ ਇੱਕ ਵਾਰੀ ਮਗਰਾੜਾ ਲੱਗਾ ਹੈ ਤੇ ਦੂਸਰੀ ਵਾਰੀ ਜੱਜੇ ਬਿਹਾਰੀ ਹੀ ਪਾਠ ਹੈ ਇਹਨਾਂ ਦੋਵਾਂ ਨੂੰ ਬੜੇ ਧਿਆਨ ਨਾਲ ਚਰਨ ਕਰਨਾ ਹੈ ਐੜੇ ਦੀ ਆਵਾਜ਼ ਦੇ ਕੇ ਬੋਲਣਾ ਹੈ ਜੀ ਅਤੇ ਦੂਸਰੀ ਵਾਰੀ ਜੀ ਪਾਠ ਇਸੇ ਤਰ੍ਹਾਂ ਹੀ ਹੈ ਜੱਜੇ ਬਿਹਾਰੀ ਇੱਥੇ ਹੀ ਵਿਸਰਾਮ ਹੈ ਤੱਤੇ ਦਲੈਂਕੜਾਂ ਉਤੇ ਟਿੱਪੀ ਦੀ ਆਵਾਜ਼ ਦੇਣੀ ਹੈ ਤੂੰ ਉੜੀ ਜੀ ਜਮਕ ਦੇ ਕੇ ਜੀਆ ਕਾਧਾ ਤਰਨ ਦਦੇ ਕਿਨੇ ਦਾ ਧਿਆਨ ਰੱਖਣਾ ਹੈ ਦਾ ਤਾਰਾ ਪਾਠ ਹੈ ਹਰ ਧਿਆਵਹ ਸੰਤਹੋ ਜੀ ਸਭ ਦੁੱਖ ਵਿਸਾਰਣ ਹਾਰਾ ਧਿਆਵਹ ਹਾਹ ਦੇ ਔਂਕੜ ਹੈ ਤਦ ਦੇ ਸਿਹਾਰੀ ਦੀ ਬਾਤ ਜੇ ਕਿ ਬੁੱਲਣਾ ਹੈ ਧਿਆਵਹ ਇੱਥੇ ਥੋੜੀ ਜਮਕ ਹੈ ਸੰਤਹੋ ਸਸੇ ਤੇ ਟਿੱਪੀ ਦਾ ਵਜਨ ਦੇ ਕੇ ਬੁੱਲਣਾ ਹੈ ਸੰਤਹ ਹਾਹੇ ਓਂਕੜ ਦੀ ਆਵਾਜ਼ ਹੈ ਹੋ ਜੀ ਦੇ ਉਤੇ ਵਿਸਰਾਮ ਹੈ ਵਿਸਾਰਣ ਹਾਰਾ ਵਾਵੇ ਦੇ ਸਿਹਾਰੀ ਹੈ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਠਾਕੁਰ ਪਾਠ ਕਕੇ ਦੇ ਥੱਲੇ ਓਂਕੜ ਦਾ ਧਿਆਨ ਰੱਖ ਕੇ ਬੁੱਲਣਾ ਹੈ ਇਥੇ ਥੋੜੀ ਜਿਹੀ ਜਮਕ ਹੈ ਜੀ ਦੇ ਉਤੇ ਵਿਸਰਾਮ ਹੈ ਵਾਵੇ ਦੇ ਸਿਹਾਰੀ ਬੋਲਣੀ ਹੈ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਹੁਣ ਪਾਠ ਆਇਆ ਹੈ ਤਤੇ ਦੇ ਦਰੈਂਕੜਾ ਹਨ ਉੱਤੇ ਟਿੱਪੀ ਨਹੀਂ ਹੈ ਇਹ ਮਹਾਰਾਜ ਦੀ ਆਪਣੀ ਮौज ਹੈ ਉਹਨਾਂ ਨੇ ਨਹੀਂ ਲਿਖੀ ਤੇ ਆਪਾਂ ਵੀ ਨਹੀਂ ਬੋਲਣੀ ਪਾਠ ਬਣੇਗਾ ਤੂੰ ਘਟ ਘਟ ਇਹ ਪਾਠ ਬੋਲਾ ਹੈ ਅੰਤਰ ਦੇ ਉਤੇ ਥੋੜੀ ਜਮਕ ਹੈ ਸਰਬ ਪਾਠ ਬੋਲਾ ਹੈ ਨਿਰੰਤਰ ਨੰਨੇ ਦੇ ਸਿਹਾਰੀ ਹੈ ਨਿਰੰਤਰ ਜੀ ਇੱਥੇ ਵਿਸਰਾਮ ਹੈ ਸਮਾਣਾ ਪਾਠ ਅਣਾਣੇ ਦੇ ਨਾਲ ਬੋਲਣਾ ਹੈ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਇੱਕ ਦਾਤੇ ਇੱਥੇ ਜਮਕ ਹੈ ਇੱਕ ਪੇਖਾਰੀ ਜੀ ਇੱਥੇ ਵਿਸਰਾਮ ਹੈ ਪੇਖਾਰੀ ਪਾਠ ਬਬੇ ਦੇ ਲਾਂ ਹੈ ਪੇਖਾਰੀ ਇਹ ਆਪ ਜੀ ਨੇ ਧਿਆਨ ਦੇਣਾ ਹੈ ਵਿਡਾਣਾ ਪਾਠ ਬਾਬੇ ਦੇ ਸਿਹਾਰੀ ਪਿਛੇ ਅਣਾਣਾ ਲੱਗਾ ਹੋਇਆ ਹੈ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨਾ ਜਾਣਾ ਹੁਣ ਪਾਠ ਇਥੇ ਤੂੰ ਹੈ ਉਤੇ ਟਿੱਪੀ ਹੈ ਜਿੱਥੇ ਟਿੱਪੀ ਲਿਖੀ ਹੋਵੇ ਉਥੇ ਜ਼ਰੂਰ ਬੋਲਣੀ ਹੈ ਜਿੱਥੇ ਨਹੀਂ ਹੈ ਉਥੇ ਆਪਾਂ ਨਹੀਂ ਬੋਲਣੀ ਤੂੰ ਆਪੇ ਦਾਤਾ ਇਥੇ ਜਮਕ ਹੈ ਆਪੇ ਭੁਗਤਾ ਜੀ ਇਥੇ ਵਿਸਰਾਮ ਹੈ ਹਉ ਥੋੜਾ ਜ੍ਹਾ ਰੁਕ ਕੇ ਤਦ ਬਿਨ ਅਵਰ ਨਾ ਜਾਣਾ ਤੁੱਧ ਪਾਠ ਕਸ ਕੇ ਹੈ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਤੂੰ ਪਾਰ ਬ੍ਰਹਮ ਵਿੱਚ ਹਹਾ ਲੱਗਾ ਹੋਇਆ ਹੈ ਪਾਰ ਬ੍ਰਹਮ ਆਮੀ ਅਸੀਂ ਹਹਾ ਛੱਡ ਕੇ ਬੋਲਦੇ ਹਾਂ ਪਾਰ ਬ੍ਰਹਮ ਇੱਥੇ ਜਮਕ ਹੈ ਅਤੇ ਪਾਠ ਬੱਬੇ ਦੇ ਲਾਂ ਲੱਗੀ ਹੋਈ ਹੈ ਇਸ ਤਰ੍ਹਾਂ ਹੀ ਬੋਲਣਾ ਹੈ ਬੇਅੰਤ ਬੇਅੰਤ ਜੀ ਇੱਥੇ ਵਿਸਰਾਮ ਹੈ ਅੜਾਣਿਆਂ ਦਾ ਧਿਆਨ ਰੱਖਣਾ ਹੈ ਗੁਣ ਆਖ ਵਿਖਾਣਾ ਆਮ ਹੀ ਅਸੀਂ ਅੜਾਣਿਆਂ ਦੀ ਛਾਂ ਤੇ ਨੰਨਾ ਬੁੱਲ ਜੰਨੇ ਹਾਂ ਗੁਣ ਆਖ ਵਿਖਾਣਾ ਇਹ ਧਿਆਨ ਰੱਖਣਾ ਹੈ ਅੜਾਣਿਆਂ ਦੀ ਬਾਜ ਹੀ ਦੇਣੀ ਹੈ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤੈਨ ਕੁਰਬਾਣਾ ਜੋ ਸੇਵਹਿ ਇੱਥੇ ਜਮਕ ਹੈ ਜੋ ਸੇਵਹਿ ਤੁਧ ਜੀ ਇੱਥੇ ਵਿਸਰਾਮ ਹੈ ਕੁਰਬਾਨਾ ਅਣਾਣੇ ਦੇ ਨਾਲ ਹੈ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਹਰ ਧਿਆਵਹਿ ਇੱਥੇ ਜਮਕ ਹਰ ਧਿਆਵਹਿ ਤੁਧ ਜੀ ਇੱਥੇ ਵਿਸਰਾਮ ਹੈ ਜੁਗ ਪਾਠ ਕਾਸ ਕੇ ਬੋਲਣਾ ਹੈ ਅਗਲਾ ਪਾਠ ਵੱਖਰਾ ਬੋਲਣਾ ਹੈ ਜੁਗ ਮਹ ਸੁਖਵਾਸੀ ਸੁਖਵਾਸੀ ਪਾਠ ਇਕੱਠਾ ਹੀ ਹੈ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਸੇ ਮੁਕਤ ਜਮਕ ਹੈ ਸੇ ਮੁਕਤ ਭਏ ਫਿਰ ਥੋੜਾ ਰੁਕ ਕੇ ਜਿਨ ਹਰ ਧਿਆਇਆ ਜੀ ਇੱਥੇ ਵਿਸਰਾਮ ਹੈ ਭੱਬਾ ਈੜੀ ਲਾਂ ਹੈ ਭਏ ਇਹਨੂੰ ਭੇ ਨਹੀਂ ਕਹਿ ਦੇਣਾ ਭਏ ਦੀ ਆਵਾਜ਼ ਦੇਣੀ ਹੈ ਤਿੰਨ ਪਾਠ ਬੋਲਾ ਹੈ ਟੂਟੀ ਤੱਤੇ ਦੇ ਥੱਲੇ ਦਰੈਂਕੜਾਂ ਲੱਗੀਆਂ ਹੋਈਆਂ ਹਨ ਤੱਤੇ ਦੀ ਆਵਾਜ਼ ਦੇ ਕੇ ਬੋਲਣਾ ਹੈ ਟੂਟੀ ਇਹਨੂੰ ਟੈਂਕਾ ਨਹੀਂ ਬੋਲ ਦੇਣਾ ਇਹੋ ਹੀ ਸ਼ਬਦ ਜਦੋਂ ਆਸਾ ਰਾਗ ਦੇ ਅੰਦਰ ਜਾ ਕੇ ਆਵੇਗਾ ਉਥੇ ਪਾਠ ਹੈ ਟੂਟੀ ਟੈਂਕੇ ਦੇ ਨਾਲ ਜਿੱਥੇ ਟੈਂਕ ਆਇਆ ਹੈ ਉਥੇ ਟੈਂਕੀ ਦੀ ਵਾਜ ਦੇਾਂਗੇ ਲੇਕਿਨ ਇਥੇ ਤੱਤੇ ਦੇ ਨਾਲ ਹੀ ਬੋਲਣਾ ਹੈ ਸ੍ਰੀ ਰਹਿਰਾਉ ਸਾਹਿਬ ਦੇ ਵਿੱਚ ਜਨ ਨਿਰਭਾਉ ਜਨ ਹਰ ਨਿਰਭਾਉ ਧਿਆਇਆ ਜੀ ਤਿੰਨ ਕਾ ਭਾਉ ਸਭ ਗਵਾਸੀ ਨਿਰਭਾਉ ਪਾਠ ਹੈ ਨੰਨੇ ਦੇ ਸਿਹਾਰੀ ਹੈ ਭੱਬਾ ਊੜੇ ਔਂਕੜ ਹੈ ਨਿਰਭਾਉ ਇਹਨੂੰ ਨਿਰਭੋ ਨਹੀਂ ਕਹਿ ਦੇਣਾ ਇਥੇ ਜਮਕ ਹੈ ਜੀ ਦੇਵ ਤੇ ਵਿਸਰਾਮ ਹੈ ਤਿੰਨ ਕਾ ਪਾਠ ਨਹੀਂ ਬੋਲ ਦੇਣਾ ਤਿੰਨ ਕਾ ਵੱਖਰਾ ਵੱਖਰਾ ਹੈ ਭਾਉ ਸਭ ਗਵਾਸੀ ਭਾਉ ਪਾਠ ਹੈ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਇੱਥੇ ਵਿਸਰਾਮ ਹੈ ਇਹ ਵੱਖਰਾ ਬੋਲਣਾ ਹੈ ਹਰ ਹਰ ਰੂਪ ਸਮਾਸੀ ਧਿਆਨ ਰੱਖਣਾ ਹੈ ਸ਼ਬਦ ਇਕੱਠੇ ਨਾ ਬੋਲੇ ਜਾਣ ਵੱਖਰੇ ਵੱਖਰੇ ਬੋਲਣੇ ਹਨ ਸੇ ਧੰ ਸੇ ਧੰ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਸੇ ਧੰ ਟਿੱਪੀ ਦੀ ਆਵਾਜ਼ ਦੇਣੀ ਹੈ ਧੰ ਜਨ ਹਰ ਧਿਆਇਆ ਜੀ ਇਥੇ ਵਿਸਰਾਮ ਹੈ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਇਥੇ ਜਮਕ ਹੈ ਤੇਰੀ ਭਗਤ ਪੰਡਾਰ ਜੀ ਇਥੇ ਵਿਸਰਾਮ ਹੈ ਪੰਡਾਰ ਪਾਠ ਡੱਡੇ ਦੇ ਨਾਲ ਬੋਲਣਾ ਹੈ ਬੱਬੇ ਦੇ ਟਿੱਪੀ ਬੋਲਣੀ ਹੈ ਪਪਾ ਨਹੀਂ ਬੋਲ ਦੇਣਾ ਬੇਅੰਤ ਪਾਠ ਬੱਬੇ ਦੇ ਸਿਹਾਰੀ ਹੈ ਜਲਦੀ ਨਾਲ ਬੋਲਾਂਗੇ ਸੁੱਧ ਬੋਲਿਆ ਜਾਵੇਗਾ ਦੂਸਰੀ ਵਾਰੀ ਬੱਬੇ ਦੇ ਲਾਂ ਹੈ ਬੇਅੰਤਾ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਸਲਾਹਨ ਪਾਠ ਨੰਨੇ ਦੇ ਨਾਲ ਹੈ ਜੀ ਦੇ ਤੇ ਵਿਸਰਾਮ ਹੈ ਅਨਕ ਨੰਨੇ ਦੇ ਸਿਹਾਰੀ ਹੈ ਦੂਸਰੀ ਵਾਰੀ ਲਾਂ ਹੈ ਅਨਕ ਅਨੇਕ ਅਨੰਤਾ ਇਸ ਤਰ੍ਹਾਂ ਬੋਲਣਾ ਹੈ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਅਨਕ ਤੇਰੀ ਇਹਨੂੰ ਅਨੇਕ ਨਹੀਂ ਕਹਿਣਾ ਅਨਕ ਪਾਠ ਹੈ ਕਰਹਿ ਹਰ ਪੂਜਾ ਜੀ ਇੱਥੇ ਵਿਸਰਾਮ ਹੈ ਤਪ ਇਹ ਪਾਠ ਬੋਲਾ ਹੈ ਤਪ ਹੈ ਇਹ ਕਸ ਕੇ ਹੈ ਜਪ ਹੈ ਇਹ ਬੋਲਾ ਹੈ ਬੇਅੰਤ ਲਾਂ ਦੇ ਨਾਲ ਬੋਲਣਾ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਤੇਰੇ ਅਨੇਕ ਇੱਥੇ ਜਮਕ ਹੈ ਪੜ੍ਹ ਹੈ ਇਹ ਕਸ ਕੇ ਬੁੱਲਣਾ ਹੈ ਪੜਨ ਦੀ ਗੱਲ ਹੈ ਬਹੁ ਸਿਮਰਤ ਸਸੇ ਸਿਹਾਰੀ ਹੈ ਮੰਮੇ ਦੇ ਜੋ ਸਿਹਾਰੀ ਲੱਗੀ ਹੈ ਰਾਰੇ ਦੇ ਸਿਹਾਰੀ ਲੱਗੇਗੀ ਸਿਮਰਤ ਜੇ ਟੀਪੀ ਹੁੰਦੀ ਸਸੇ ਉਤੇ ਤੇ ਪਾਠ ਕਸ ਕੇ ਬੋਲਿਆ ਜਾਣਾ ਸੀ ਸਿਮਰਤ ਲੇਕਿਨ ਪੁੱਲਾ ਜਾ ਪਾਠ ਹੈ ਸਿਮਰਤ ਸਾਸਤ ਜੀ ਇੱਥੇ ਵਿਸਰਾਮ ਹੈ ਖਟ ਇਸ ਪਾਠ ਨੂੰ ਪੁੱਲਾ ਜਾ ਪੜਨਾ ਹੈ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਸੇ ਭਗਤ ਸੇ ਭਗਤ ਭਲੇ ਭਲੇ ਪਾਠ ਹੈ ਇਹਨੂੰ ਭੱਲੇ ਨਹੀਂ ਕਹ ਦੇਣਾ ਇੱਥੇ ਜਮਕ ਹੈ ਜਨ ਨਾਨਕ ਜੀ ਜਨ ਪਾਠ ਪੂਲਾ ਪੜਨਾ ਹੈ ਜਿੱਥੇ ਵੀ ਆਵੇ ਇੱਥੇ ਹੀ ਵਿਸਰਾਮ ਹੈ ਜੋ ਭਾਵ ਹੈ ਮੇਰੇ ਹਰ ਭਗਵੰਤਾ ਭਗਵੰਤਾ ਇਸ ਤਰ੍ਹਾਂ ਪੜਨਾ ਹੈ ਤੂੰ ਆਦਪੁਰਖ ਅપરੰਪਰ ਕਰਤਾ ਜੀ ਤੁਦ ਜੇਵੜ ਅਵਰ ਨਾ ਕੋਈ ਤੂੰ ਆਦਪੁਰਖ ਅપરੰਪਰ ਕਰਤਾ ਜੀ ਅપરੰਪਰ ਪਾਠ ਹੈ ਸਮਝਣ ਵਾਸਤੇ ਐੜਾ ਪੱਪਾ ਸੰਬੰਧਕ ਕਰਕੇ ਰਾਰੇ ਟਿੱਪੀ ਪੱਪਾ ਰਾਰਾ ਅੰਕੜ ਥੋੜੀ ਮਗਰੋਂ ਬੋਲ ਕੇ ਸੋਧੂ ਬੋਲਿਆ ਜਾ ਸਕਦਾ ਹੈ ਅਪਰੰਪਰ ਜੀ ਦੇ ਉਤੇ ਵਿਸਰਾਮ ਹੈ ਜੇਵੜ ਅਵਰ ਨਾ ਕੋਈ ਇਹ ਪਾਠ ਵੱਖਰੇ ਵੱਖਰੇ ਬੋਲਣੇ ਹਨ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੂੰ ਜੁਗ ਜੁਗ ਏਕੋ ਇੱਥੇ ਜਮਕ ਹੈ ਜੁਗ ਜੁਗ ਪਾਠ ਕਰਕੇ ਬੋਲਣਾ ਹੈ ਸਦਾ ਸਦਾ ਤੂੰ ਏਕੋ ਜੀ ਇੱਥੇ ਵਿਸਰਾਮ ਹੈ ਨਿਹਚਲ ਨੰਨੇ ਦੇ ਸਿਹਾਰੀ ਹੈ ਹਹਾ ਮੁਕਤਾ ਹੀ ਬੋਲਣਾ ਹੈ ਨਿਹਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਵਰਤ ਤਤੇ ਦੇ ਦਲਾਈਆਂ ਹਨ ਵਰਤੇ ਨਹੀਂ ਕਹਿ ਦੇਣਾ ਜੀ ਦੇ ਉੱਤੇ ਵਿਸਰਾਮ ਹੈ ਤੂੰ ਆਪੇ ਕਰਹਿ ਸੋ ਹੋਈ ਸਸੇ ਔਂਕੜ ਸੋ ਇਹ ਵੱਖਰਾ ਪੜ ਕੇ ਹੋਈ ਪਾਠ ਮਗਰੋਂ ਪੜਨਾ ਹੈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਉਧ ਆਪੇ ਸ੍ਰਿਸ਼ਟ ਟੈਂਕੇ ਦੇ ਨਾਲ ਹੈ ਰਾਦੇ ਦੇ ਸਿਹਾਰੀ ਲੱਗੇਗੀ ਸ੍ਰਿਸ਼ਟ ਉਪਾਈ ਜੀ ਊੜੇ ਥੱਲੇ ਇੱਕ ਕੰਕੜ ਹੈ ਉਪਾਈ ਜੀ ਇੱਥੇ ਵਿਸਰਾਮ ਹੈ ਸਿਰਜ ਸਭ ਗੋਈ ਵਖਰੇ ਪੜਨੇ ਹਨ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੈ ਕਾ ਜਾਣ ਹੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਵਖਰੇ ਵਖਰੇ ਪੜਨੇ ਹਨ ਸੋ ਇਸ ਤਰਾਂ ਜੀ ਦੇ ਉਤੇ ਵਿਸਰਾਮ ਹੈ ਜੋ ਥੋੜਾ ਰੁਕ ਕੇ ਸਬਸੈ ਕਾਜ ਜਾਣੋਈ ਪਾਠ ਹੈ ਇਹਨੂੰ ਕਿਸੇ ਹੋਰ ਢੰਗ ਦੇ ਨਾਲ ਨਹੀਂ ਬੋਲ ਦੇਣਾ ਸੋ ਇਸ ਤਰਾਂ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਜੀ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਬ ਸਹਿ ਕਾ ਜਾਣੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ